ਨਵੀਂ ਪੀੜ੍ਹੀ ਦੇ ਪੰਜਾਬੀ ਸਿੰਗਰ ਤਰਸੇਮ ਜੱਸੜ, ਜਿਨ੍ਹਾਂ ਦੇ ਕਿ ਲਿਖੇ ਹੋਏ ਅਤੇ ਗਾਏ ਹੋਏ ਗੀਤਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ। ਦੱਸ ਦਈਏ ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਵੀ ਉਹਨਾਂ ਦੇ ਗਾਣਿਆਂ ਵਾਂਗ ਲੋਕ ਖੂਬ ਪਸੰਦ ਕਰਦੇ ਹਨ ਅਤੇ ਹਮੇਸ਼ਾ ਹੀ ਉਹਨਾਂ ਦੀ ਨਵੀਂ ਫਿਲਮ ਜਾਂ ਗਾਣੇ ਬਾਰੇ ਹਰ ਫੈਨ ਨੂੰ ਉਡੀਕ ਰਹਿੰਦੀ ਹੈ। ਹਾਲ ਹੀ ਵਿੱਚ ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਆਪਣੇ ਫੈਨਸ ਨੂੰ ਇੱਕ ਸਰਪ੍ਰਾਈਜ਼ ਦਿੱਤਾ। ਇਹ ਸਰਪ੍ਰਾਈਜ਼ ਹੈ ਉਹਨਾਂ ਦੀ ਆਉਣ ਵਾਲੀ ਨਵੀਂ ਫਿਲਮ ਉੜਾ ਉੜਾ ਦਾ। ਉਹਨਾਂ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ਸਾਡੀ ਇਹ ਜ਼ੁਬਾਨ ਸਾਨੂੰ ਇਹਦੇ ਉੱਤੇ ਮਾਣ, ਮੇਰਾ ਉੜਾੜਾ ਦਿਲ ਅਤੇ ਪੰਜਾਬੀ ਜਿੰਦ ਜਾਨ। ਬੜਾ ਮਾਣ ਮਹਿਸੂਸ ਹੋ ਰਿਹਾ ਇਹ ਦੱਸਦੇ ਹੋਏ ਕਿ ਸਾਡੀ ਫਿਲਮ ਉੜਾੜਾ ਆ ਰਹੀ ਆ ਜੀ 1 ਫਰਵਰੀ ਨੂੰ। ਦੱਸ ਦਈਏ ਫਿਲਮ ਦੇ ਪੋਸਟਰ ਲੁੱਕ ਦੇ ਵਿੱਚ ਤਰਸੇਮ ਜੱਸੜ ਦੇ ਨਾਲ ਪੰਜਾਬੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਦਿਖਾਈ ਦੇ ਰਹੀ ਹੈ। ਇਸ ਪੋਸਟਰ ਦੇ ਵਿੱਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਨੇ ਹੱਥ ਵਿੱਚ ਇੱਕ ਸਲੇਟ ਫੜੀ ਹੋਈ ਹੈ, ਜਿਨ੍ਹਾਂ ਵਿੱਚੋਂ ਕਿ ਇੱਕ ਉੱਤੇ ਉੜਾੜਾ ਅਤੇ ਦੂਸਰੀ ਉੱਤੇ ABC ਲਿਖਿਆ ਹੋਇਆ, ਜਿਸ ਤੋਂ ਕਿ ਪਤਾ ਲੱਗਦਾ ਕਿ ਫਿਲਮ ਸੱਭਿਆਚਾਰ ਦੇ ਉੱਤੇ ਹੈ। ਦੱਸ ਦਈਏ ਇਸ ਫਿਲਮ ਦੇ ਵਿੱਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੇ ਨਾਲ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, BN ਸ਼ਰਮਾ ਅਤੇ ਹੋਰ ਵੀ ਕਈ ਨਾਮੀ ਚਿਹਰੇ ਦਿਖਾਈ ਦੇਣਗੇ। ਇਹ ਫਿਲਮ ਸ਼ਿਤੀ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਨੂੰ ਲਿਖਿਆ। ਫਿਲਮ ਦੇ ਪੋਸਟਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ। ਹੁਣ ਦੇਖਣਾ ਹੋਵੇਗਾ ਕਿ 1 ਫਰਵਰੀ ਨੂੰ ਫਿਲਮ ਕਿੰਨੀ ਕੁ ਪਸੰਦ ਕੀਤੀ ਜਾਂਦੀ ਹੈ। ਸੋ ਅਖੀਰ ਚੈਨਲ 17 ਦੀ ਪੂਰੀ ਟੀਮ ਵੱਲੋਂ ਤਰਸੇਮ ਜੱਸੜ, ਨੀਰੂ ਬਾਜਵਾ ਅਤੇ ਫਿਲਮ ਉੜਾੜਾ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅਤੇ ਤੁਹਾਡਾ ਕੀ ਕਹਿਣਾ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਜੋੜੀ ਬਾਰੇ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਿਊਰੋ ਰਿਪੋਰਟ, ਚੈਨਲ 17। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 17.com।